ਬਾਈ ਨਿਮੇ ਕੀ ਹਾਲ ਆ? ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਕਾਇਮ ਹੋ? ਚੜ੍ਹਦੀ ਕਲਾ ਬਾਈ। ਤੇ ਕਹਿੰਦੇ ਵੀ ਨਾ ਚੱਲਣ ਲਾਤਾ ਨਿਮੇ ਨੇ ਬੱਕਰੀਆਂ ਵਾਲੀ ਮੰਡੀ ਦਾ, ਧਨੌਲੇ ਦਾ। ਧਨੌਲੇ ਦਾ ਨਾਂ ਤਾਂ ਬਾਈ ਪਹਿਲਾਂ ਹੀ ਵੈਸੇ ਬਹੁਤ ਵੱਡਾ ਸੀ ਬੱਕਰੀਆਂ ਵਾਲੀ ਮੰਡੀ ਵੱਲੋਂ। ਬੱਕਰੀਆਂ ਵਾਲੀ ਮੰਡੀ ਚ ਤਾਂ ਬਾਈ ਆਪਾਂ ਤੋਂ ਪਹਿਲਾਂ ਤਾਂ ਆਪਣੇ ਪਿਓਾਂ ਵਰਗੇ ਚਾਚੇ ਸਦੀਕ ਹੋਰੀ ਹੈਗੇ ਨੇ, ਠੀਕ ਹੈ, ਜਿਨ੍ਹਾਂ ਨੂੰ ਕੋਈ ਸਾਰਾ ਵਰਲਡ ਹੀ ਜਾਣਦਾ ਹੈਗਾ ਹੁਣ ਬੱਕਰੀਆਂ ਦੇ ਨਾਲ। ਬਿਲਕੁਲ ਤੇ ਗੱਲਬਾਤ ਦੱਸ, ਬੱਕਰੀਆਂ ਦੀ ਮੰਡੀ ਇੱਥੇ ਕਦੋਂ ਤੋਂ ਲੱਗਣ ਲੱਗੀ ਤੇ ਇਹ ਜਿਹੜਾ ਸਬੱਬ ਹੈ ਇਹ ਕਿਵੇਂ ਬਣਿਆ? ਸਬੱਬ ਤਾਂ ਬਾਈ ਅਸੀਂ ਨਾ ਇੱਕ ਬਾਈ ਹੈਗਾ ਆਪਣਾ ਤਰਸੇਮ ਸਿੰਘ ਲੌਂਗੋਵਾਲ, ਹਾਂ, ਇਹ ਲਤੀ ਲਾਣੇ ਚੈਨਲ ਵਾਲਾ, ਠੀਕ ਹੈ, ਉਹਦਾ ਨਾ ਆਪਾਂ ਵੀਡੀਓ ਦੇਖਦੇ ਹੁੰਦੇ ਸੀਗੇ। ਉਹ ਤੋਂ ਦੇਖ ਕੇ ਆਪਾਂ ਨੂੰ ਸ਼ੌਂਕ ਪੈਦਾ ਹੋਇਆ ਜਦੋਂ ਚਾਚੇ ਵਰਗੇ ਥਾਪੀਆਂ ਮਾਰਦੇ ਹਨਾ, ਉਦੋਂ ਐਂ ਜੇ ਹੁੰਦਾ ਵੀ ਆਪਾਂ ਇਹ ਯਾਰ ਵਿੱਚ ਜਾ ਕੇ ਦੇਖੀਏ ਵੀ ਕੀ ਹੁੰਦਾ। ਜਦੋਂ ਮੈਂ ਇੱਕ ਦੋ ਮੰਡੀਆਂ ਇਹਨਾਂ ਨਾਲ ਗਿਆ ਤੇ ਮੈਨੂੰ ਸੌਦਾ ਇਹ ਵਧੀਆ ਲੱਗਿਆ। ਉਦੋਂ ਬਾਅਦ ਬਾਈ ਫਿਰ ਮੈਂ 20-25 ਬੱਕਰੀਆਂ ਆਪ ਖਰੀਦੀਆਂ, ਪਹਿਲਾਂ ਇੱਕ ਘਰ ਲਿਆ ਸਪੈਸ਼ਲ ਬੱਕਰੀਆਂ ਵਾਸਤੇ, ਠੀਕ ਹੈ, ਉਦੋਂ ਬਾਅਦ ਬੱਕਰੀਆਂ ਖਰੀਦੀਆਂ। ਫਿਰ ਮੈਨੂੰ ਇਹ ਕਹਿੰਦੇ ਵੀ ਆਪਾਂ ਕਿਉਂ ਨਾ ਮੰਡੀ ਸ਼ੁਰੂ ਕਰ ਦਈਏ। ਫਿਰ ਅਸੀਂ ਬਾਈ 10 ਮਈ ਦਿਨ ਬੁੱਧਵਾਰ ਤੋਂ ਪਹਿਲੀ ਮੰਡੀ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਹਰ ਬੁੱਧਵਾਰ ਇਹ ਮੰਡੀ ਲੱਗਦੀ ਹੈ ਛੰਨਾ ਰੋਡ ਤੇ ਧਨੌਲੇ, ਠੀਕ ਹੈ, ਹਾਂਜੀ, ਤੇ ਉਦੋਂ ਦੇ ਮੇਲੇ ਮਤਲਬ ਲੱਗੀ ਜਾਂਦੇ ਆ ਪੂਰੇ। ਹਾਂਜੀ ਹਾਂ ਬਾਈ, ਜਮਾਣ ਹੋ ਗਿਆ। ਜਿਹੜੀਆਂ ਵੀ ਫੇਮਸ ਹਸਤੀਆਂ ਨੇ ਬੱਕਰੀਆਂ ਦੇ ਨਾਲ ਸੰਬੰਧਿਤ, ਜਿਵੇਂ ਕਿ ਮਿੱਠੂ ਚਾਚਾ ਹੋ ਗਿਆ, ਸਦੀਕ ਤੇ ਹੋਰ ਰਾਜੂ ਵਰਗੇ ਤੇ ਹੋਰ ਜਿੰਨੇ ਵੀ ਹੈਗੇ ਨੇ, ਉਹ ਸਾਰੇ ਧਨੌਲੇ ਦੀ ਮੰਡੀ ਤੇ ਪਹੁੰਚਦੇ ਆ। ਹਾਂ ਬਾਈ, ਖਾਨ ਰਾਮਪਰੇ ਵਾਲਾ, ਰਾਜੂ ਦਿੜਬੇ ਵਾਲਾ, ਤਰਸੇਮ ਬਾਈ ਲਤੀ ਲਾਣੇ ਵਾਲਾ, ਤਕਰੀਬਨ ਹੁਣ ਕਈਆਂ ਦੇ ਮੇਰੇ ਨਾਂ ਹਨਾ ਮਾਈਂਡ ਚ ਨਹੀਂ ਹੈਗੇ, ਤਕਰੀਬਨ ਸਾਰੇ ਪਹੁੰਚਦੇ ਨੇ, ਠੀਕ ਹੈ। ਆਪਾਂ ਜਿੱਦੇ ਮੰਡੀ ਸ਼ੁਰੂ ਕੀਤੀ ਸੀ ਉਸੇ ਮੰਡੀ ਤੇ ਪਹਿਲੇ ਦਿਨ ਇਹ ਰਿਕਾਰਡ ਹੈ ਪੰਜਾਬ ਹਰਿਆਣੇ ਦਾ ਵੀ 122 ਸੌਦੇ ਪਹਿਲੀ ਮੰਡੀ ਤੇ ਹੋ ਗਏ ਸੀ। ਪਹਿਲੀ ਦੀ ਹੋ ਗਈ? ਹਾਂਜੀ ਪਹਿਲੀ ਤੇ ਬਾਈ, ਠੀਕ ਹੈ। ਅੱਜ ਕਿੰਨੇ ਸੌਦੇ ਹੋ ਗਏ? 13 ਤਰੀਕ ਹੈ ਅੱਜ, ਹਨਾ? ਅੱਜ ਬਾਈ ਹਜੇ ਜਾ ਕੇ ਹਿਸਾਬ ਕਿਤਾਬ ਲਾਵਾਂਗੇ, ਹਜੇ ਕੋਈ ਪਤਾ ਨਹੀਂ। ਬਹਿ ਸੌਦੇ ਵਧੀਆ ਹੋਏ ਨੇ, ਠੀਕ ਹੈ। ਪਿਛਲੀ ਮੰਡੀ ਤੇ 187 ਸੌਦੇ ਹੋ ਗਏ ਸੀ, ਠੀਕ ਹੈ। ਹਾਂ ਬਾਈ, ਓਕੇ। ਪ੍ਰਬੰਧ ਕੀ ਆ ਬਾਈ ਮੰਡੀ? ਪ੍ਰਬੰਧ ਬਾਈ ਇੱਥੇ ਆ ਦੇਖੋ, ਪਹਿਲਾਂ ਸਭ ਤੋਂ ਪਹਿਲਾਂ ਛਾਂ ਦਾ ਪ੍ਰਬੰਧ ਹੈ, ਠੀਕ ਹੈ, ਠੀਕ ਹੈ। ਪੀਣ ਵਾਲੇ ਪਾਣੀ ਵਾਸਤੇ ਕੱਲੀ ਕੱਲੀ ਗੱਡੀ ਨੂੰ ਆਪਾਂ ਆਰਓ ਵਾਲਾ ਕੈਂਪਰ ਦਿੰਨੇ ਹੈਗੇ, ਠੀਕ ਹੈ, ਫਿਲਟਰ ਪਾਣੀ, ਠੀਕ ਹੈ, ਤੇ ਰੋਟੀ ਪਾਣੀ ਦਾ, ਚਾਹ ਦਾ ਫ੍ਰੀ ਹੁੰਦਾ ਸਿਸਟਮ ਸਾਰਾ, ਕਿਉਂਕਿ ਲੰਗਰ ਤਾਂ ਫ੍ਰੀ ਹੁੰਦਾ ਹੈਗਾ। ਹਾਂ, ਪਾਣੀ ਵੀ ਫ੍ਰੀ ਹੈ ਕੈਂਪਰ, ਲੰਗਰ ਚੱਲਦਾ, ਹਾਂਜੀ, ਕੈਂਪਰ ਵੀ ਫ੍ਰੀ ਹੈਗਾ, ਠੀਕ ਹੈ। ਉਦੋਂ ਬਾਅਦ ਐਂਟਰੀ ਫੀਸ ਕੋਈ ਨਹੀਂ ਹੈਗੀ ਜੀ, ਜਿਵੇਂ ਆਮ ਮੰਡੀਆਂ ਤੇ ₹10 ਐਂਟਰੀ ਫੀਸ ਹੈ, ਹਾਂ, ਉਹਦੀ ਕੋਈ ਫੀਸ ਨਹੀਂ ਹੈਗੀ ਬਾਈ ਆਪਣੇ, ਠੀਕ ਹੈ। ਹਾਂ, ਜਿਹੜੀ ਆਪਣਾ ਸੇਲ ਪਰਚੇਜ਼ ਤੇ ਹੈਗਾ ₹100 ਜੀ, ਠੀਕ ਹੈ। ਹਾਂ, ਹੋਰ ਕੋਈ ਵੀ ਖਰਚਾ ਨਹੀਂ ਕਿਸੇ ਵਪਾਰੀ ਦਾ, ਨਾ ਚਾਹ ਦਾ, ਨਾ ਪਾਣੀ ਦਾ, ਠੀਕ ਹੈ।